ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪਿੰਡ ਬੱਚੋਵਾਲ ਵਿਖੇ ਬਾਬਾ ਹਜ਼ਰ ਸ਼ੇਖ ਮਹਿਬੂਬ ਸ਼ਾਹ ਜੀ ਡੇਰਾ ਬਾਬਾ ਪੰਜ ਪੀਰ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਕਰਵਾਇਆ ਗਿਆ, ਜਿਸ ਵਿੱਚ 26 ਜੂਨ ਨੂੰ ਸਵੇਰੇ 11 ਵਜੇ ਝੰਡੇ ਦੀ ਰਸਮ ਅਦਾ ਕੀਤੀ ਗਈ, 12 ਵਜੇ ਕਵਾਲ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸ਼ਾਮ ਨੂੰ 4 ਵਜੇ ਨਕਲਾਂ ਵੀ ਪੇਸ਼ ਕੀਤੀਆਂ ਗਈਆਂ। ਅਗਲੇ ਦਿਨ 27 ਜੂਨ ਨੂੰ ਸਟੇਜ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਸ ਵਿੱਚ ਗਾਇਕ ਬੂਟਾ ਮੁਹੰਮਦ, ਮਨੀਸ਼ ਸੰਘੇੜਾ, ਜਸਵਿੰਦਰ ਬਰਾੜ ਅਤੇ ਅਸ਼ੋਕ ਫਲੋਰੀਆ ਨੇ ਸੱਭਿਆਚਾਰਕ ਗੀਤਾਂ ਨਾਲ ਆਪਣੀ ਹਾਜ਼ਰੀ ਲਵਾਈ। ਇਸ ਮੇਲੇ ਵਿੱਚ ਸਮੂਹ ਗ੍ਰਾਮ ਪੰਚਾਇਤ NRI ਵੀਰ ਅਤੇ ਸਮੂਹ ਪਿੰਡ ਵਾਸੀਆਂ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੁੱਖ ਸੇਵਾਦਾਰ ਸ਼ਿੰਦਰਪਾਲ, ਮੇਲੇ ਦੇ ਸਹਿਯੋਗੀ ਸੇਵਾਦਾਰ ਪ੍ਰਧਾਨ ਪਾਲ ਰਾਮ ਟੰਡਾ, ਸਤਵਿੰਦਰ ਸਿੰਘ ਸੱਤਾ, ਕੈਸ਼ੀਅਰ ਹਰਜੀਤ ਸਿੰਘ ਢੇਸੀ, ਬਲਦੇਵ ਸਿੰਘ, ਬਾਬਾ ਸਰੂਪ ਸਿੰਘ ਬੱਚੋਵਾਲ, ਅਮਰਜੀਤ ਸੰਧੂ, ਸੀਰਤ ਸਿੰਘ ਢੇਸੀ, ਨਛੱਤਰ ਸਿੰਘ, ਸੁਖਦੇਵ ਸਿੰਘ ਸੁੱਖਾ ਟਰੱਕਾਂ ਵਾਲਾ, ਭਜਨ ਰਾਮ, ਸ਼ਿਵ ਕੁਮਾਰ ਕਾਲੂ, ਅਮਨਦੀਪ ਸੰਧੂ, ਦਾਣੀ ਸੰਗਤ ਰਾਮ, ਬਿੰਦਾ ਸਨੋਫ, ਸ਼ੀਤਲ ਸਿੰਘ, ਰਮਨ, ਜੱਸੀ, ਬੱਬਲ ਕਲਸੀ, ਪ੍ਰਭਜੋਤ ਤੰਨਾ, ਰੋਹਿਤ ਅਤੇ ਹੋਰ ਸੰਗਤਾਂ ਮੌਜੂਦ ਸਨ। ਇਹਦੇ ਨਾਲ ਗੁਨਾਹਗਾਰ ਹੈ, ਜਿਹਨੇ ਮੂਹਰੇ ਪੱਲੇ 'ਚ ਬੁਲਾਉਣੇ ਆ ਉਹਦੀ ਤਾਂ ਉਨੀ ਗੁਨਾਹਗਾਰ ਹੈ ਨਾ। ਕਿਸੇ ਮਾਂ ਦਾ, ਕਿਸੇ ਬਾਪ ਦਾ, ਕਿਸੇ ਭਰਾ ਦਾ, ਕਿਸੇ ਪਰਿਵਾਰ ਦਾ ਗਲ ਤੋੜ ਕੇ ਉਹਨਾਂ ਦੀ ਹੱਕ ਸੱਚ ਦੀ ਕਮਾਈ ਤੋਂ ਰੁੱਗ ਭਰ ਕੇ ਜਦੋਂ ਆਪਾਂ ਖਾਂਦੇ ਹਾਂ ਨਾ ਜੀ, ਇਹ ਚੀਜ਼ਾਂ ਬਹੁਤ ਹੀ ਫਸਲ ਘੋੜੇ ਦੀ ਨਸਲ ਅਤੇ ਤੀਵੀਂ ਨੂੰ ਅਕਲ ਹੋਣੀ ਬਹੁਤ ਜ਼ਰੂਰੀ ਹੈ। ਕਹਿੰਦੇ ਭਾਈਆਂ ਵਿੱਚ ਪਿਆਰ, ਵੈਰੀ ਦੀ ਹਾਰ ਅਤੇ ਘਰ ਦੇ ਵਿੱਚ ਨਾਰ ਹੋਣੀ। ਅੱਜ ਦਰਬਾਰ ਬਾਬਾ ਪੰਜ ਪੀਰ ਬੱਚੋਵਾਲ ਦਾ ਸਾਲਾਨਾ ਜੋੜ ਮੇਲਾ 2 ਦਿਨ ਤੋਂ ਅੱਜ ਜਿਹੜਾ ਚੱਲ ਰਿਹਾ ਸੀ ਉਹ ਅੱਜ ਸਮਾਪਤ ਹੋਇਆ। ਇਸ ਮੇਲੇ ਦੇ ਵਿੱਚ ਪਹੁੰਚਣ ਵਾਲੇ ਸਮੂਹ ਮਹਾਂਪੁਰਸ਼ ਅਤੇ ਸਿਆਸੀ ਲੀਡਰ ਵੱਖ ਵੱਖ ਪਾਰਟੀਆਂ ਤੋਂ ਅਤੇ ਇੱਥੇ ਇਨਾਮਬੰਦ ਕਲਾਕਾਰ ਪਹੁੰਚੇ ਆ। ਜਿਹੜਾ ਮੇਲਾ ਬੜੀ ਸ਼ਾਂਤੀਪੂਰਵਕ ਚੱਲਿਆ, ਅਸੀਂ ਆਪਣੇ ਵੱਲੋਂ ਸਮੂਹ ਨਗਰ ਵੱਲੋਂ NRI ਵੀਰਾਂ ਵੱਲੋਂ ਸਭ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਇਸੇ ਤਰ੍ਹਾਂ ਜਿਹੜਾ ਮੇਲਾ ਉਹ ਚੱਲਦਾ ਰਹੇਗਾ। ਅਸੀਂ ਆਪਣੇ ਵੱਲੋਂ ਅਤੇ ਸਾਰੇ ਨਗਰ ਵੱਲੋਂ, NRI ਵੀਰਾਂ ਵੱਲੋਂ, ਸਮੂਹ ਸੰਗਤ ਵੱਲੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ, ਕਲਾਕਾਰਾਂ ਦਾ ਵੀ ਧੰਨਵਾਦ ਕਰਦੇ, ਮਹਾਂਪੁਰਸ਼ਾਂ ਦਾ ਵੀ ਧੰਨਵਾਦ ਕਰਦੇ ਹਾਂ। ਨਗਰ ਖੇੜੇ ਦੀ ਸੁੱਖ ਮੰਗਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।